ਯਾਰ ਤੂੰ ਤਿੰਨ ਮੁੱਖ ਮੰਤਰੀ ਐ ਆ ਜਿਹੜਾ ਏਜੀ ਐ ਨਾ ਜਿਹੜੇ ਅਸਤੀਫਾ ਦਿੱਤਾ ਉਹ ਕਹਿੰਦਾ ਮੈਂ ਇੱਕ ਮੁੱਖ ਮੰਤਰੀ ਨੂੰ ਤਾਂ ਯਾਰ ਜਾ ਕੇ ਰਿਪੋਰਟ ਦੇ ਦਿਆਂ ਪਹਿਲਾਂ ਮੈਨੂੰ ਭਗਵੰਤ ਸਵਾਣ ਨੂੰ ਜਾ ਕੇ ਰਿਪੋਰਟ ਦੇਣੀ ਪੈਂਦੀ ਐ ਫਿਰ ਰਾਗਵਚੱਡੇ ਨੂੰ ਜਾ ਕੇ ਦੇਣੀ ਪੈਂਦੀ ਐ ਉਹ ਕਹਿੰਦਾ 50 ਨੰਬਰ ਕੋਟੇ ਚਾਜ ਆ ਫਿਰ ਮੈਨੂੰ ਕੇਜਰੀ ਵਾਲੇ ਕੋਲ ਜਾ ਕੇ ਦੇਣੀ ਪੈਂਦੀ ਐ ਯਾਰ ਤਿੰਨ ਤਿੰਨ ਮੁੱਖ ਮੰਤਰੀਆਂ ਨੂੰ ਮੈਂ ਕਿੱਥੋਂ ਰਿਪੋਰਟ ਦੇਵਾਂ ਇਹਦੇ ਤਿੰਨ ਮੁੱਖ ਮੰਤਰੀ ਐ ਉਹਨੇ ਜਿਹੜਾ ਜਿਹਨੇ ਅਸਤੀਫਾ ਦਿੱਤਾ ਉਹਨੇ ਆਪ ਕਹੀ ਹੈ ਗੱਲ ਸੋ ਜੇ ਇਹੋ ਜਿਹਾ ਹਾਲ ਹੋਊਗਾ ਜਿਹਦੀ ਨਵਜ ਕਿਤੇ ਹੋਰ ਹੋਊਗੀ ਰਿਮੋਟ ਕੰਟਰੋਲ ਜਿਹਦਾ ਹੋਰ ਕੁਲਮਾਨ ਤਮਾਨ ਦਾ ਰਿਮੋਟ ਕੰਟਰੋਲ ਦਿੱਲੀ ਹੈ ਸੋ ਇਸ ਕਰਕੇ ਦਿੱਲੀ ਆ ਜਿਹੜੀ ਉਹ ਸਿਰ ਤੋਂ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਦੁਸ਼ਮਣ ਹੈ ਸੋ ਇਸ ਕਰਕੇ ਜਿੰਨਾ ਚਿਰ ਉਹ ਰਿਮੋਟ ਤੋਂ ਇਹ ਨਿਕਲਦਾ ਨਹੀਂ ਇਹ ਮੈਨੂੰ ਲੱਗਦਾ ਜੇ ਰਿਮੋਟ ਤੋਂ ਨਿਕਲੂਗਾ ਤੇ ਫਿਰ ਕੁਰਸੀ ਨਹੀਂ ਰਹਿਣੀ ਸੋ ਇਸ ਕਰਕੇ ਇਹ ਤਾਂ ਆਪਦਾ ਵੀ ਸਵਾਲ ਹੈ ਵੀ ਕਿੰਨਾ ਕਚਰੇ ਹੈ ਐਸ ਹਾਲਤ ਚ ਲੋਕਾਂ ਨੂੰ ਆਪਦੇ ਨਾਲ ਰੱਖ ਲੂਗਾ ਇਹ ਕੋਈ ਬਦਲਾਅ ਨਹੀਂ ਬਿਲਕੁਲ ਉਹ ਪੁਰਾਣੇ ਨੀਤੀਆਂ ਨੇ ਪੁਰਾਣੇ ਸਿਸਟਮ ਹੈ ਪੁਰਾਣੇ ਕਾਨੂੰਨ ਹੈ ਤੇ ਬਦਲਾਅ ਤਾਂ ਜਦੋਂ ਲੋਕ ਸੜਕਾਂ ਤੇ ਆਏ ਲੋਕਾਂ ਨੇ ਕੱਲੀਆਂ ਵੋਟਾਂ ਦੀ بجائے ਅੰਦੋਲਨ ਦੇ ਰਾਹ ਤੁਰੇ ਜਦੋਂ ਆਪਣੇ ਸੰਗਠਨ ਬਣਾ ਕੇ ਜਥੇਬੰਦੀਆਂ ਬਣਾ ਕੇ ਫੇਰ ਬਦਲਾ ਆਉਣਾ ਉਦੋਂ ਬਿਨਾ ਕੋਈ ਤਾਕਤ ਵੋਟਾਂ ਨਾਲ ਆਉਂਦਾ ਹੋਵੇ ਜਰਾਬ ਤਾਂ ਅਸੀਂ ਨਾ ਵੋਟਾਂ ਪਾਦਗੇ ਅਸੀਂ ਕਿਸੇ ਨੂੰ ਕੰਜਰ ਨੂੰ ਅੱਜ ਤੱਕ ਕਰ ਕਾਲਾ ਅਸੀਂ ਨਿਸ਼ਾਨ ਲਾਇਆ ਨਹੀਂ ਆਪਦੇ ਤੇ ਇੱਥੇ ਉਂਗਲ ਤੇ ਅਸੀਂ ਦਾਗ ਹੀ ਕਹਿੰਦੇ ਹੁੰਨੇ ਆ ਇਹਨੂੰ ਸੋ ਇਸ ਕਰਕੇ ਨਾ ਦਾਗ ਲਵਾਇਆ ਨਾ ਦਾਗ ਲਵਾ ਕੇ ਫਰਕ ਪੈਣਾ ਲੜ ਕੇ ਅੰਦੋਲਨ ਕਰਕੇ ਭਗਤ ਸਿੰਘ ਅਰਗੇ ਦੇ ਰਾਹ ਪੈ ਕੇ ਗੁਰਗੋਬ ਸਿੰਘ ਅਰਗੇ ਦੇ ਰਾਹ ਪੈ ਕੇ ਫੇਰ ਹੱਕ ਮਿਲਨੇ ਆ ਫੇਰ ਸਿਸਟਮ ਬਦਲੇ ਜਾਣਾ ਇੱਕ ਕਿਸਾਨ ਜਥੇਬੰਦੀ ਤੇ ਇੱਕ ਦੋਸ਼ ਲੱਗ ਰਿਹਾ ਕੋਈ ਕਿਸਾਨ ਯੂਨੀਅਨ ਨਹੀਂ ਬੋਲੀ ਮੁਕਸਰ ਫਾਜ਼ਲਕਾ ਫਿਰੋਜ਼ਪੁਰ ਏਰੀਆ ਜਦੋਂ ਹੁਣ ਹੜ ਹੜਾਂ ਵਰਗੇ ਹਾਲਾਤ ਬਣੇ ਫਸਲਾਂ ਬਰਬਾਦ ਹੋ ਗਈਆਂ ਘਰ ਡੁੱਬ ਗਿਆ ਕੋਈ ਕਿਸਾਨ ਜਥੇਬੰਦੀ ਨਹੀਂ ਪਹੁੰਚੀ ਉਹਨਾਂ ਪਿੰਡਾਂ ਦੇ ਲੋਕਾਂ ਦਾ ਇਹ ਦੋਸ਼ ਆ ਕਹਿੰਦੇ ਦਿੱਲੀ ਵੀ ਅਸੀਂ ਗਏ ਆ ਅਸੀਂ ਨਾਲ ਵੀ ਗਏ ਆ ਉਦੋਂ ਸਾਡੇ ਕੋਲੇ ਆਉਂਦੇ ਰਹੇ ਆ ਹੁਣ ਕੋਈ ਕਿਸਾਨ ਜਥੇਬੰਦੀ ਸਾਡੀ ਮਦਦ ਕਰਨੀ ਬੌੜੀ ਦੇਖੋ ਜੀ ਮਦਦਾ ਕੋਈ ਐ ਤਾਂ ਹੈ ਨਹੀਂ ਵੀ ਉੱਥੇ ਜਾ ਕੇ ਅਸੀਂ ਕੋਈ ਬਰਨ ਲਾਉਣਾ ਮਦਦਾ ਮਤਲਬ ਹੁੰਦਾ ਵੀ ਉਹ ਮੁੱਦਾ ਠਾਉਣਾ ਸਰਕਾਰ ਨਾਲ ਲੜਨਾ ਉਹ ਮੁੱਦਾ ਅਸੀਂ ਠਾਇਆ ਜਿੱਦੇ ਸਰਕਾਰ ਨਾਲ 2 ਦਿਨ ਅਸੀਂ ਚੰਡੀਗੜ੍ਹ ਮਹੱਲੀ ਚੰਡੀਗੜ੍ਹ ਵਾਲੀ ਰੋਡ ਤੇ ਗਰਮੀ ਉਦੋਂ 17 ਮਈ ਦੀ ਗੱਲ ਹੈ ਅੱਗ ਵਰਦੀ ਸੀਗੇ ਬੰਦੇ ਫੁੜਕ ਫੁੜਕ ਕੇ ਡਿੱਗਦੇ ਸੀਗੇ 2 ਦਿਨ ਸੜਕ ਤੇ ਬੈਠੇ ਆ ਜਿਹੜਾ ਉਹਦੇ ਵਿੱਚ ਮੰਗ ਪੱਤਰ ਸੀ ਉਹਦੇ ਵਿੱਚ ਇਹ ਪਾਣੀਆਂ ਵਾਲਾ ਜਿਹੜਾ ਹੈਗਾ ਦਰੇ ਆਪਣਾ ਨਾਲਿਆਂ ਦਾ ਪਾਣੀ ਸਾਫ ਸਫਾਈ ਕਰਾਓ ਤਾਂ ਕਿ ਹੜਾਂ ਵੇਲੇ بارش ਵੇਲੇ ਲੋਕਾਂ ਦੇ ਘਰ ਨਾ ਡੋਬੇ ਉਹ ਸਾਰੀਆਂ ਸੜਕਾਂ ਮੰਗਾ ਹੈ ਹੁਣ ਅਸੀਂ ਆ ਮੀਟਿੰਗਾਂ ਖੇਤੀਬਾੜੀ ਮੰਤਰੀਰ ਮੀਟਿੰਗ ਕੀਤੀ ਹੈ ਉਹਦੇ ਵਿੱਚ ਰੱਖੀ ਹੈ ਹੁਣ ਇਹ ਐਂ ਕਰ ਸਕਦੇ ਹੋ ਜਥੇਬੰਦੀ ਤਾਂ ਵੀ ਭਾਈ ਆਓ ਲੜੋ ਜੇ ਕੋਈ ਮੀਟਿੰਗ ਹੁੰਦੀ ਹੈ ਉਹਦੇ ਚ ਰੱਖੋ ਉਸ ਤੋਂ ਬਾਅਦ ਜਿਹੜਾ ਆਪਣਾ ਅੰਦੋਲਨ ਤੇਜ਼ ਕਰੋ ਇਸ ਰੂਪ ਦੇ ਵਿੱਚ ਜਥੇਬੰਦੀਆਂ ਨੇ ਜਿਹੜੀਆਂ ਨੇ ਹੁਣ ਮਿਲ ਗਿਆ ਨੇ ਜਾਸ ਸੀ ਜਿਹੜਾ ਮੋਰਚਾ ਲਾਇਆ ਸੀ ਭਗਵੰਤ ਮਾਨ ਦੇ ਖਿਲਾਫ 17 ਤੇ 28 ਮਈ ਨੂੰ ਦੋ ਦਿਨ ਦਾ ਸਾਨੂੰ ਪਤਾ ਵੀ ਇੱਥੋਂ ਇੰਨੀ ਗਰਮੀ ਸੀ ਮਸਾਂ ਜਿੱਥੇ ਸਾਡੇ 50 ਬੰਦੇ ਨਿਕਲਦੇ ਪਿੰਡ ਚੋਂ 10 ਬੰਦੇ ਨਿਕਲੇ ਸੀ ਮੁਸ਼ਕਲ ਨਾਲ ਗਰਮੀ ਇੰਨੀ ਸੀ ਜਾਣ ਨੂੰ ਬਾਹਰ ਨੂੰ ਨਿਕਲਣ ਨੂੰ ਚੱਤ ਨਹੀਂ ਕਰਦਾ ਸੀ ਉਦੋਂ ਲੜਿਆ ਸੀ ਚੱਲ ਜਿਹੜੀਆਂ ਉਹਦੇ ਚ ਨਹੀਂ ਗੰਗਿਆ ਉਸ ਮੋਰਚੇ 'ਚ ਉਹਨਾਂ ਨੂੰ ਕਹਿ ਦੇਣਾ ਅਸੀਂ ਤਾਂ ਉਸ ਮੋਰਚੇ 'ਚ ਗਏ ਆ ਉਹਦੇ ਵਿੱਚ ਪੰਜਾਬ ਚਾਕੇ ਵੀ ਮੋਰਚਾ ਲਾਇਆ ਤੇ ਹੁਣ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ ਵੀ ਬਿਲਕੁਲ ਸਰਕਾਰ ਨੂੰ ਉਹਨਾਂ ਦੇ ਬਾਹ ਫੜਨੀ ਚਾਹੀਦੀ ਹੈ